ਹਾਂਜੀ, ਸਾਰੇ ਮੁਲਾਜ਼ਮ ਸਾਥੀਆਂ ਦਾ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ। ਇੱਕ ਆਪਣੇ ਕੋਲ ਇੱਕ ਟਵੀਟ ਘੁੰਮ ਰਿਹਾ, ਸਕਰੀਨਸ਼ੋਟ ਘੁੰਮ ਰਿਹਾ, ਜਿਹਦੇ ਵਿੱਚ ਮਾਣਯੋਗ CM ਸਰ ਨੇ ਆਪਣੇ ਅਕਾਊਂਟ ਦੇ ਉੱਤੇ ਪਾ ਕੇ ਆਖਿਆ ਗਾ ਕਿ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੇ ਹਾਂ, ਜਿਹਦੇ ਵਿੱਚ ਇਹਨਾਂ ਨੇ DA 4% ਦੇਣ ਦੀ ਗੱਲ ਕੀਤੀ ਹੈ। ਹਾਲਾਂਕਿ ਸਭ ਨੂੰ ਪਤਾ ਵੀ ਕਾਫੀ ਲੰਬਾ ਸਮਾਂ ਮਿਨਿਸਟਰੀਅਲ ਯੂਨੀਅਨ, ਜਿਹਨੂੰ ਆਪਾਂ ਕਲੈਰੀਕਲ ਕਹਿ ਦਿੰਦੇ ਹਾਂ, ਇਹਨਾਂ ਦੀ ਹੜਤਾਲ ਵਗੈਰਾ ਚੱਲੀ ਹੈ, ਲਗਭਗ 38 ਦਿਨ ਦੀ ਨੀਅਰ ਅਬਾਊਟ ਹੜਤਾਲ ਚੱਲੀ, ਅਤੇ ਜਿਹਦੇ ਵਿੱਚ ਇਹ ਵੀ ਇੱਕ ਅਹਿਮ ਮੰਗ ਸੀ, ਕਿਉਂਕਿ ਸਭ ਨੂੰ ਪਤਾ ਵੀ DA ਜਿਹੜਾ ਹੁਣ ਤੱਕ ਦਾ ਪੈਂਡਿੰਗ ਆਪਣਾ ਬੰਦ ਹੈ ਉਹ 12% ਸੀ। ਇਹਨਾਂ ਨੇ ਫਿਲਹਾਲ ਜੋ ਦਿੱਤਾ ਗਾ ਉਹ 4% ਹੈ, ਅਤੇ ਕਦੋਂ ਤੋਂ ਲਾਗੂ ਆਖਿਆ ਇਹਨਾਂ ਨੇ, 1 ਦਸੰਬਰ 2023 ਤੋਂ। ਅਤੇ ਇਹਦੇ ਰਿਗਾਰਡਿੰਗ ਕੁਐਰੀਆਂ ਆਈਆਂ, ਕੁਐਸਚਨ ਵੀ ਆਉਂਦੇ ਨੇ ਵੀ ਇਦੋਂ ਪਹਿਲਾਂ ਵਾਲੇ ਏਰੀਅਰ ਦਾ ਕੀ ਬਣੂ। ਦੇਖੋ, ਜ਼ਿਆਦਾ ਤਾਂ ਕਲੀਅਰ ਹਮੇਸ਼ਾ ਜਿੰਨਾ ਚਿਕਰ ਆਪਣੇ ਕੋਲ ਕੋਈ ਪੱਤਰ ਨਹੀਂ ਆਉਂਦਾ, ਕੋਈ ਲੈਟਰ ਨਹੀਂ ਆਉਂਦਾ, ਉਨਾ ਚਿਕਰ ਕਲੀਅਰ ਕੁਛ ਨਹੀਂ। ਪਰ ਜੋ ਇਸ ਟਵੀਟ ਦੇ ਵਿੱਚ ਲਿਖਿਆ ਹੋਇਆ ਉਹਦੇ ਮੁਤਾਬਕ 1 ਦਸੰਬਰ 2023 ਤੋਂ ਹੀ ਦੇਣ ਲਈ ਆਖਿਆ। ਪਿਛਲਾ ਏਰੀਅਰ ਵਗੈਰਾ ਹਜੇ 'ਚ ਕੁਛ ਨਹੀਂ ਹੈ। ਦੇਖੋ, ਨਿਊਜ਼ ਵਗੈਰਾ ਵੀ ਆਈਆਂ, ਪ੍ਰੈਸ ਦੇ ਵਿੱਚ ਵੀ ਆ ਰਿਹਾ, ਠੀਕ ਹੈ, ਅਤੇ ਵੀ ਆਪਾਂ ਨੂੰ ਅਜੇ 4% ਹੀ ਦਿੱਤਾ। ਇਹਦੇ ਰਿਗਾਰਡਿੰਗ ਆਪਾਂ ਆਫਿਸ਼ੀਅਲ ਟਵੀਟ ਜੇ ਗੱਲ ਆਖੀਏ ਫੇਸਬੁੱਕ ਦੇ ਉੱਤੇ, ਜਿਹੜਾ CM ਸਰ ਦਾ ਆਪਣਾ ਪੇਜ ਆ, ਉਹਦੇ ਵਿੱਚ ਵੀ ਇਹਨਾਂ ਨੇ ਇਹੀ ਲਿਖਿਆ ਵੀ ਅੱਜ ਮਿਨਿਸਟਰੀਅਲ ਸਟੇਟ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਮਸਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ। ਇਹਨਾਂ ਮਸਲਿਆਂ 'ਚ ਮੇਨ ਜਿਵੇਂ NPS ਦਾ ਮੁੱਦਾ ਗਾ ਵੀ NPS ਬੰਦ ਕਰਕੇ ਓਲਡ ਪੈਨਸ਼ਨ ਸਕੀਮ ਵਗੈਰਾ, ਜਾਂ ਹੋਰ ਵੀ ਕਾਫੀ ਅਹਿਮ ਮੁੱਦੇ ਨੇ ਜਿਵੇਂ ਪ੍ਰਮੋਸ਼ਨਾਂ ਨੇ ਜਾਂ ਹੋਰ ਨੇ, ਉਹਦੇ ਵਿੱਚੋਂ ਫਿਲਹਾਲ ਇਹਨਾਂ ਨੇ DA ਜਿਹੜਾ ਆਪਣਾ 12% ਡਿਊ ਸੀ ਹੁਣ ਤੱਕ ਸੈਂਟਰ ਨਾਲ, ਜੇ ਆਪਾਂ ਲਿੰਕ ਲਾ ਕੇ ਚੱਲੇ 34 ਚੱਲ ਰਿਹਾ ਸੀ, 46 ਹੋਣਾ ਸੀ, ਪਰ 46 ਨਹੀਂ ਕੀਤਾ, 34 ਤੋਂ ਵਧਾ ਕੇ ਕਿੰਨਾ ਕੀਤਾ ਜੇ, 38% ਆਪਣਾ DA, ਮਤਲਬ ਸਰਕਾਰ ਮੰਨੀ ਹੈ। ਇੱਕ ਵਾਰ ਕਲੀਅਰ ਕੱਟ ਕਦੋਂ ਪਤਾ ਲੱਗਣਾ, ਜਦੋਂ ਆਪਣੇ ਕੋਲ ਇੱਕ ਪੱਤਰ ਜਾਰੀ ਹੋ ਗਿਆ। ਫਿਰ ਪੁੱਛ ਲੈਂਦੇ ਨੇ ਵੀ ਕੀ ਇਹ ਪੈਨਸ਼ਨਰ 'ਤੇ ਵੀ ਲਾਗੂ ਹੋਊਗਾ। ਦੇਖੋ, ਜਦੋਂ ਕੋਈ ਵੀ ਚੀਜ਼ ਲਾਗੂ ਹੁੰਦੀ ਹੈ ਤਾਂ ਇਹ ਨਹੀਂ ਹੁੰਦਾ ਵੀ ਇਕੱਲੇ ਮੁਲਾਜ਼ਮਾਂ 'ਤੇ ਹੀ ਲਾਗੂ ਹੈ। ਮੁਲਾਜ਼ਮ ਕਹਿੰਦਾ ਵਾ ਜੋ ਫਿਲਹਾਲ ਜੋਬ ਦੇ ਵਿੱਚ ਨੇ, ਅਤੇ ਜਿਹੜੇ ਜੋਬ 'ਚ ਨਹੀਂ ਹੈਗੇ ਪੈਨਸ਼ਨਰ, ਉਹਨਾਂ ਨੂੰ ਵੀ ਇਹ ਮਿਲਣਾ ਗਾ, ਸਭ ਨੂੰ ਹੀ ਮਿਲੂਗਾ। ਅਤੇ ਇਹਦੇ ਨਾਲ ਵਾਧਾ ਕਿੰਨਾ ਕੁ ਹੋਜੂ ਜੇ ਆਪਾਂ ਵਾਧੇ ਦੀ ਗੱਲ ਕਰੀਏ। ਹੁਣ ਮੰਨ ਲਓ ਕਿਸੇ ਮੁਲਾਜ਼ਮ ਦੀ ਤਨਖਾਹ ਬੇਸਿਕ ਪੇ 50,000 ਰੁਪਏ ਆ, ਤਾਂ 50,000 ਦਾ 4% ਜੇ ਆਪਾਂ ਲਾਈਏ ਤਾਂ ਉਹਨੂੰ 2,000 ਰੁਪਏ ਉਹਦੀ ਜਿਹੜੀ ਤਨਖਾਹ ਗੀ ਉਹ ਵੱਧ ਜਾਣੀ ਹੈ। ਇਸ ਤਰ੍ਹਾਂ ਜੋ ਪੈਨਸ਼ਨਰ, ਕਿਸੇ ਦੀ ਪੈਨਸ਼ਨ ਮੰਨ ਲਓ 30,000 ਰੁਪਏ ਹੈ, ਪੈਨਸ਼ਨ ਜਦੋਂ ਵੀ ਆਪਾਂ ਗੱਲ ਕੀਤੀ ਜਾਂਦੀ ਉਹਦਾ ਬੇਸਿਕ ਪੈਨਸ਼ਨ ਦੀ ਗੱਲ ਕੀਤੀ ਜਾਂਦੀ ਹੈ, ਤਾਂ 4 30 ਉਹਨੂੰ 1,200 ਰੁਪਏ ਦਾ ਇਨਕਰੀਜ ਉਹਦਾ ਹੋ ਜਾਣਾ, ਮਤਲਬ ਉਹਨੂੰ 1,200 ਰੁਪਈਏ ਵੱਧ ਜਾਣੇ। ਇਸ ਤਰ੍ਹਾਂ ਜੇ ਕਿਸੇ ਦਾ 35,000 ਸੀ ਬੇਸਿਕ, ਤਾਂ ਉਹਦਾ 1,400 ਰੁਪਏ ਵਾਧਾ ਹੋ ਜਾਣਾ, ਕਲੀਅਰ ਹੈ। ਤਾਂ ਜੇ ਕਿਸੇ ਦੀ ਤਨਖਾਹ 60,000 ਰੁਪਏ ਬੇਸਿਕ ਪੇ ਹੈ, ਤਾਂ 60,000 ਦਾ 4% ਇਹਨੂੰ 2,400 ਰੁਪਈਏ
ਹੋਰ ਤਨਖਾਹ ਵੱਧ ਕੀ ਮਿਲੇਗੀ। ਦੇਖੋ ਅੱਗੇ ਲੈਟਰ ਤੋਂ ਬਾਅਦ ਕੀ ਬਣਦਾ, ਮਗਰਲਾ ਜਿਹੜਾ ਆਪਣਾ ਬਕਾਇਆ ਐਸ ਡੀ ਏ ਦਾ ਉਹ ਕਦੋਂ ਸਰਕਾਰ ਦਿੰਦੀ ਹੈ, ਕਦੋਂ ਇਹਦਾ ਪੱਤਰ ਜਾਰੀ ਹੁੰਦਾ। ਹਾਂ ਜਦੋਂ ਪੱਤਰ ਜਾਰੀ ਹੋਊਗਾ ਉਦੋਂ ਆਪਾਂ ਦੁਬਾਰਾ ਵੀ ਕਲੀਅਰ ਕਰ ਦਾਂਗੇ, ਆਪਣੇ ਚੈਨਲ ਦੇ ਉੱਤੇ ਪਾਵਾਂਗੇ ਆਪਾਂ ਵੀ ਕਿੰਨੀ ਕਿੰਨੀ ਪੇ ਆਪਣੀ ਵੱਧ ਰਹੀ ਹੈ। ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਇੱਕ ਚਾਰਟ ਬਣਾ ਕੇ ਵੀ ਸਮਝਾ ਦੂੰਗਾ, ਠੀਕ ਹੈ। ਉਮੀਦ ਹੈ ਵੀ ਤੁਹਾਨੂੰ ਜਿੰਨਾ ਕੁ ਦੱਸਿਆ ਗਾ ਉਨਾ ਕੁ ਸਮਝ ਲੱਗ ਗਈ ਹੋਊ। ਇਹ ਨਾ ਆਖੀਓ ਵੀ ਸਰਕਾਰ ਨੇ ਦੇਖੋ ਘੱਟ ਦਿੱਤਾ ਵੱਧ ਦਿੱਤਾ, ਉਹ ਸਰਕਾਰ 'ਤੇ ਡਿਪੈਂਡ ਕਰਦਾ। ਮੁਲਾਜ਼ਮਾਂ ਨੇ ਆਪਦਾ ਸੰਘਰਸ਼ ਲੜਿਆ, ਠੀਕ ਹੈ। ਆਪਾਂ ਸਿਰਫ ਤੁਹਾਨੂੰ ਨਿਊਜ਼ ਦੇ ਰਹੇ ਹਾਂ ਵੀ ਆਪਣਾ 4% ਦਾ ਵਾਧਾ ਹੋਇਆ। ਜੇ ਦਿੱਤੀ ਨਿਊਜ਼ ਤੁਹਾਨੂੰ ਠੀਕ ਲੱਗੀ, ਸਮਝ ਲੱਗੀ, ਪਸੰਦ ਆਈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਆ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਥੈਂਕ ਯੂ।